Hey guys, Girls Mentor Online E-Learning ਦੇ ਆਫੀਸ਼ੀਅਲ YouTube ਚੈਨਲ ਉੱਤੇ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਪੰਜਾਬ ਦੇ ਕੁਐਸਚਨ ਪੇਪਰਸ ਵਿੱਚ ਪੰਜਾਬੀ ਰਿਲੇਟਡ ਆਏ ਹੋਏ ਕੁਐਸਚਨਸ ਦੇ ਬਾਰੇ ਡਿਸਕਸ ਕਰਾਂਗੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਦੇ ਨਾਲ ਬੈੱਲ ਆਈਕਨ ਵੀ ਪ੍ਰੈਸ ਕਰੋ ਸੋ ਦੈਟ ਜਦੋਂ ਵੀ ਕੋਈ ਆਪਾਂ ਨਵੀਂ ਵੀਡੀਓ ਅਪਲੋਡ ਕਰਾਂਗੇ ਤਾਂ ਉਹਨਾਂ ਦੀ ਸਭ ਤੋਂ ਪਹਿਲੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਏਗੀ। ਓਕੇ, ਸੋ ਆਪਾਂ ਵੀਡੀਓ ਸਟਾਰਟ ਕਰਦੇ ਹਾਂ। ਫਸਟ ਕੁਐਸਚਨ ਹੈ, ਫਾਇਦਾ ਸ਼ਬਦ ਸ਼ੁੱਧ ਕਰੋ। ਠੀਕ ਹੈ, ਇਸ ਵਿੱਚ ਐੜੇ ਦੇ ਉੱਪਰ ਦੁਲਾਂ ਲੱਗੀ ਹੋਈ ਹੈ ਜੋ ਕਿ ਗਲਤ ਹੈ, ਉਸਨੂੰ ਆਪਾਂ ਸ਼ੁੱਧ ਕਰਨਾ ਹੈ। ਅਤੇ ਦੱਸੋ ਇਹਦੇ ਵਿੱਚ ਕਿਹੜਾ ਆਪਸ਼ਨ ਆਏਗਾ? ਏ ਈੜੀ ਦੇ ਨਾਲ ਸਿਆਰੀ, ਈੜੀ ਦੇ ਨਾਲ ਕਲਾਂ, ਈੜੀ ਦੇ ਉੱਤੇ ਬਿਹਾਰੀ ਜਾਂ ਐੜੇ ਦੇ ਨਾਲ ਕੰਨਾ। ਸੋ ਇਹਦਾ ਰਾਈਟ ਆਨਸਰ ਹੈ ਏ। ਸੈਕਿੰਡ ਕੁਐਸਚਨ ਹੈ, ਹੇਠ ਲਿਖਿਆਂ ਵਿੱਚੋਂ ਸਹੀ ਸਮਾਸੀ ਸ਼ਬਦ ਚੁਣੋ। ਪਹਿਲਾ ਹੈ ਅੰਨ ਰੋਟੀ, ਦੂਸਰਾ ਅੰਨ ਪਾਣੀ, ਤੀਸਰਾ ਅੰਨ ਦੇਵੀ ਜਾਂ ਚੌਥਾ ਅੰਨ ਸਬਜ਼ੀ। ਅਤੇ ਇਹਦਾ ਰਾਈਟ ਆਨਸਰ ਹੈ ਅੰਨ ਪਾਣੀ। ਨੈਕਸਟ ਕੁਐਸਚਨ ਹੈ, ਦੁਆਬਾ ਕੀ ਹੈ? ਏ ਆਪਸ਼ਨ ਹੈ ਭਾਸ਼ਾ, ਬੀ ਉਪ ਭਾਸ਼ਾ, ਸੀ ਖੇਤਰ ਜਾਂ ਲਾਸਟ ਸੌਟ ਆਪਸ਼ਨ ਹੈ ਵਿਆਕਰਨ। ਸੋ ਇਹਦਾ ਰਾਈਟ ਆਨਸਰ ਹੈ ਖੇਤਰ। ਨੈਕਸਟ ਹੈ, ਸ਼ੁੱਧ ਸ਼ਬਦ ਜੋੜ ਚੁਣੋ। ਪਹਿਲਾ ਹੈ ਸਾਂਝ, ਬੀ ਵੀ ਸਾਂਝ ਹੈ, ਸੀ ਵੀ ਸਿਆਂਝ ਅਤੇ ਡੀ ਏ ਸਾਂਝ। ਅਤੇ ਇਹਦਾ ਰਾਈਟ ਆਪਸ਼ਨ ਆਏਗਾ ਬੀ। ਠੀਕ ਹੈ, ਨੈਕਸਟ ਹੈ, ਹੇਠ ਲਿਖਿਆਂ ਵਿੱਚੋਂ ਸਹੀ ਸਮਾਸੀ ਸ਼ਬਦ ਚੁਣੋ। ਪਹਿਲਾ ਆਪਸ਼ਨ ਹੈ ਡਾਕ ਚਿੱਠੀ, ਦੂਸਰਾ ਡਾਕ ਪੋਸਟ, ਸੀ ਹੈ ਡਾਕਖਾਨਾ ਅਤੇ ਲਾਸਟ ਹੈ ਸਾਡਾ ਡਾਕ ਵੰਡਾਈ। ਸੋ ਇਹਦਾ ਰਾਈਟ ਆਨਸਰ ਹੈ ਡਾਕਖਾਨਾ। ਨੈਕਸਟ ਹੈ, ਸਹੀ ਵਿਰੋਧੀ ਜੋੜ ਚੁਣੋ। ਸੋ ਪਹਿਲਾ ਆਪਸ਼ਨ ਹੈ ਇਹਦਾ ਵਸਣਾ ਉਜੜਨਾ, ਬੀ ਹੈ ਹਨੇਰਾ ਰਾਤ, ਸੀ ਹੈ ਦੂਰ ਅੱਗੇ ਅਤੇ ਲਾਸਟ ਹੈ ਸਾਡਾ ਸੂਰਜ ਮੱਸਿਆ। ਅਤੇ ਇਹਦਾ ਰਾਈਟ ਆਨਸਰ ਹੈ ਏ ਆਪਸ਼ਨ, ਜੋ ਕਿ ਹੈ ਵਸਣਾ ਉਜੜਨਾ। ਨੈਕਸਟ ਹੈ, ਕਿਹੜਾ ਸ਼ਬਦ ਗਮ ਸ਼ਬਦ ਦਾ ਸਮਾਨਾਰਥੀ ਨਹੀਂ ਹੈ? ਪਹਿਲਾ ਹੈ ਸ਼ੌਕ, ਦੂਸਰਾ ਸ਼ੌਂਕ, ਸੀ ਅਫਸੋਸ ਜਾਂ ਲਾਸਟ ਹੈ ਸੋਗ। ਅਤੇ ਇਹਦਾ ਰਾਈਟ ਆਨਸਰ ਹੈ ਸ਼ੌਂਕ। ਸ਼ੌਂਕ ਸ਼ਬਦ ਗਮ ਦਾ ਸਮਾਨਾਰਥੀ ਨਹੀਂ ਹੈ। ਨੈਕਸਟ ਹੈ, ਪੰਜਾਬੀ ਵਿੱਚ ਕਾਰਕਾਂ ਦੀਆਂ ਕਿੰਨੀਆਂ ਕਿਸਮਾਂ ਹਨ? ਪਹਿਲਾ ਹੈ ਪੰਜ, ਦੂਸਰਾ ਅੱਠ, ਤੀਸਰਾ ਸੱਤ ਜਾਂ ਲਾਸਟ ਹੈ ਛੇ। ਸੋ ਇਹਦਾ ਰਾਈਟ ਆਨਸਰ ਹੈ ਬੀ ਆਪਸ਼ਨ, ਦੈਟ ਇਜ਼ ਅੱਠ। ਅੰਨਿਆਂ ਵਿੱਚ ਡੈਸ਼ ਅਖਾਣ ਪੂਰਾ ਕਰੋ। ਇਸ ਵਿੱਚ ਆਪਾਂ ਅਖਾਣ ਪੂਰਾ ਕਰਨਾ, ਆਪਸ਼ਨ ਹੈ ਬੋਲੇ ਰਾਜੇ, ਬੀ ਲੰਗੜੇ ਰਾਜੇ, ਸੀ ਕਾਣਾ ਰਾਜਾ ਜਾਂ ਲਾਸਟ ਹੈ ਬੇਈਮਾਨ ਰਾਜਾ। ਸੋ ਰਾਈਟ ਆਨਸਰ ਹੈ ਇਹਦਾ ਕਾਣਾ ਰਾਜਾ। ਅੰਨਿਆਂ ਵਿੱਚ ਕਾਣਾ ਰਾਜਾ, ਇਹ ਹੈ ਪੂਰਾ ਐਗਜੈਕਟ ਅਖਾਣ। ਨੈਕਸਟ ਹੈ, ਦਾਲ ਨਾ ਗਲਣੀ ਦਾ ਕੀ ਅਰਥ ਹੈ? ਆਪਸ਼ਨ ਹੈ ਦਾਲ ਘਟੀਆ ਹੋਣੀ, ਬੀ ਸੇਕ ਘੱਟ ਹੋਣਾ, ਸੀ ਬੇਇੱਜ਼ਤੀ ਕਰਨੀ ਜਾਂ ਡੀ ਆਪਸ ਵਿੱਚ ਨਾ ਬਣਨੀ। ਸੋ ਇਹਦਾ ਰਾਈਟ ਆਨਸਰ ਹੈ ਡੀ ਆਪਸ਼ਨ, ਜੋ ਕਿ ਹੈ ਆਪਸ ਵਿੱਚ ਨਾ ਬਣਨੀ। ਨੈਕਸਟ ਕੁਐਸਚਨ ਹੈ, ਸ਼ਬਦ ਕੀ ਹੈ? ਇਹਦੇ ਆਪਸ਼ਨਸ ਹੈ ਸ਼ਬਦ ਅਰਥਾਂ ਦੀ ਪੱਧਰ ਅਤੇ ਭਾਸ਼ਾ ਦੀ ਛੋਟੀ ਤੋਂ ਛੋਟੀ ਸੁਤੰਤਰ ਇਕਾਈ ਹੈ, ਬੀ ਹੈ ਸ਼ਬਦ ਨਿਸਾਰਥਕ ਧੁਨੀਆਂ ਦਾ ਸਮੂਹ ਹੈ, ਸੀ ਸ਼ਬਦ ਸਾਰਥਕ ਧੁਨੀਆਂ ਦਾ ਸਮੂਹ ਹੈ, ਡੀ ਸ਼ਬਦ ਵਿਆਕਰਨਕ ਇਕਾਈ ਹੈ। ਸੋ ਇਹਦਾ ਰਾਈਟ ਆਪਸ਼ਨ ਹੈ ਏ, ਸ਼ਬਦ ਅਰਥਾਂ ਦੀ ਪੱਧਰ ਅਤੇ ਭਾਸ਼ਾ ਦੀ ਛੋਟੀ ਤੋਂ ਛੋਟੀ ਸੁਤੰਤਰ ਇਕਾਈ ਹੈ। ਨੈਕਸਟ ਕੁਐਸਚਨ ਹੈ, ਸ਼ੁੱਧ ਸ਼ਬਦ ਦੀ ਚੋਣ ਕਰੋ। ਸਿਫਾਰਸ਼ ਜਾਂ ਸੀ ਫਾਰਸ਼। ਅਤੇ ਇਹਦਾ ਰਾਈਟ ਆਨਸਰ ਹੈ ਬੀ ਆਪਸ਼ਨ, ਸਿਫਾਰਸ਼। ਅਗਲਾ ਕੁਐਸਚਨ ਹੈ, ਕਿਹੜਾ ਸ਼ਬਦ ਲਾਭ ਦਾ ਸਮਾਨਾਰਥੀ ਹੈ? ਆਪਸ਼ਨ ਨੇ ਵੇਚ, ਬੀ ਵੱਟ, ਸੀ ਘਾਟਾ ਜਾਂ ਲਾਸਟ ਹੈ ਫਾਇਦਾ। ਸੋ
लाभ दा समानार्थी केड़ा होएगा? फायदा। अगला क्वेश्चन है, केड़ा शब्द कंडा शब्द दे बहुअर्थक वजों नहीं वर्त्या जा सकता? ऑप्शंस है तक्कड़, बी ऑप्शन है सूल, सी हड्डी या डी कंडा। सो इधर राइट आंसर आएगा कंडा। नेक्स्ट है, प्रणाव किन्नी किस्म के होंगे? पहला ऑप्शन है 4, बी 5, सी 6 या डी 7। सो प्रणाम 6 तरह के होंगे। ओके, नेक्स्ट क्वेश्चन है, संख्यक विशेषण के किन्ने रूप मन्ने जाते हैं? सो इधर राइट आंसर है 6। ठीक है, संख्यक विशेषण के किन्ने रूप मन्ने जाते हैं? 6। नेक्स्ट है, माझी की है? ऑप्शन ए है भाषा, बी व्याकरण, सी उपभाषा या डी इलाका। सो माझी दा माझी की है? माझी एक उपभाषा है। सो इधर राइट आंसर आएगा सी। पुआध की है? इधर ऑप्शन ने उपभाषा, बी इलाका, सी भाषा या डी व्याकरण। तो इधर राइट आंसर है बी ऑप्शन, जो कि है इलाका। पुआध एक इलाका है। लतड़ौनी दा की अर्थ है? ऑप्शन ने संभलिया ना जाना, बी चुगली करनी, सी सिफ्त करनी या डी खाम खां दखल देना। सो इधर राइट आंसर है खाम खां दखल देना। नेक्स्ट है, किहड़ा शब्द दरख्त दा समानार्थी नहीं है? ऑप्शन ने फल, बी फुल, सी रुख ते डी है टहनी। सो दरख्त दा समानार्थी केड़ा है? रुख। अगला क्वेश्चन है, किसी भाषा नू शुद्ध रूप विच लिखण लई बनाए गए नियमां दे संग्रह नू की कहा जाता है? ते इदे ऑप्शंस ने ए राजभाषा, बी विद्वाना दी भाषा, सी व्याकरण या डी उपभाषा। तो इहदा राइट आंसर है व्याकरण सी। सैकेंड है, शुद्ध शब्द जोड़ चुनो। तो इन्हां विच्चों सही शब्द केड़ा है? ऑप्शन ए शायद। अगला क्वेश्चन है, हेठ लिखे समासी शब्दों विच्चों समानार्थक समासी शब्द चुनो। ऑप्शन ने व्याह शादी, हार जित, बेटा बेटी, चंगा मंदा। सो अपा समानार्थी शब्द दसने हैं, तो वह केड़ा आंसर आएगा? ऑप्शन ए व्याह शादी। नेक्स्ट है, बदशकल, बदसूरत, कोझा, भैड़ा शब्द का होर केड़ा समानार्थी हो सकता है? इन्हों का केड़ा समानार्थी शब्द हो सकता है? ऑप्शन ए है माड़ा, बी करूप, सी सुंदर या डी पेंगा। तो इसका राइट आंसर है ऑप्शन बी, जो कि है करूप। लास्ट क्वेश्चन है इस वीडियो का, जलंधर, सोना, सुरजीत सिंह शब्द की हैं? ऑप्शन ए विशेषण, बी किरिया, सी किरिया विशेषण या डी नाम। सो इधर राइट ऑप्शन है नाम। सो होप है कि तुहानू सारयां नू ये वीडियो जरूर पसंद आएगी। तो इहदे विच लास्ट विच मैं तुहाडा थैंक्स करना चाहनी हाँ। ते अगर तुहानू ये वीडियो पसंद आई है तो प्लीज़